ਡੂੰਗੀ ਬੋਲੀ ਸਰਕਾਰ ਕੈਪਟਨ ਸਰਕਾਰ ਵੀ ਅੱਗੇ ਨਹੀਂ ਆਈ ਆ ਸਿੱਧੂ ਸਾਹਿਬ ਜਿਹੜੇ ਸਟੇਜਾਂ ਤੇ ਚੜ ਕੇ ਛੱਕੇ ਚੌਕੇ ਦੀਆਂ ਗੱਲਾਂ ਕਰਦੇ ਆ ਔਰ ਠੋਕੋ ਤਾਲੀ ਦੀਆਂ ਗੱਲਾਂ ਕਰਦੇ ਉਹ ਸ਼ਰਮ ਨਾਲ ਡੁੱਬ ਮਰੋ ਸਿੱਧੂ ਸਾਹਿਬ ਤੁਸੀਂ ਵੀ ਇੱਕ ਵਾਰ ਜਿੱਦਾਂ ਦੇ ਪ੍ਰਧਾਨ ਬਣੇ ਹੋ ਤੁਹਾਡੀ ਗੇਮ ਸਿਰਫ ਪ੍ਰਧਾਨਗੀ ਤੱਕ ਸੀ ਤੁਸੀਂ ਜਾ ਕੇ ਕਿਸੇ ਕਿਸਾਨ ਵੀਰ ਦੇ ਘਰੇ ਜਾ ਕੇ ਬੜੇ ਹੋ ਤੁਸੀਂ ਕਿਸੇ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਆ ਕਿਸੇ ਨੂੰ ਕੋਈ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਸਿਰਫ ਤੁਸੀਂ ਸਟੇਜਾਂ ਤੇ ਮਜੀਠੀਆਂ ਤੇ ਬਾਦਲ ਨੂੰ ਭੰਨਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ ਸਿੱਧੂ ਸਾਹਿਬ ਜੇ ਸ਼ਰਮ ਹੋਵੇ ਤਾਂ ਇੰਟਰਵਿਊ ਸੁਣ ਕੇ ਉਹਨਾਂ ਕਿਸਾਨ ਵੀਰਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਸ਼ਹੀਦ ਪਰਿਵਾਰਾਂ ਦੇ ਘਰੇ ਜਾਇਓ ਔਰ ਉਹਨਾਂ ਨੂੰ ਮੁਆਵਜ਼ਾ ਬਣਦਾ ਦਵਾਇਓ ਅਸੀਂ ਵੀ ਪਾਰਟੀਆਂ ਅੰਦਰੋਂ ਗਤੀ ਚੁੱਕੇ ਸਾਨੂੰ ਆਰਡਰ ਨਹੀਂ ਸੀ ਸਾਨੂੰ ਅਲਾਓ ਨਹੀਂ ਸੀ ਕਿਸਾਨ ਜਥੇਬੰਦੀਆਂ ਵੱਲੋਂ ਕਿ ਅਸੀਂ ਸਟੇਜਾਂ ਤੇ ਜਾ ਕੇ ਬੋਲ ਸਕੀਏ ਪਰ ਸਾਡੇ ਅੰਦਰ ਗੁੱਸਾ ਸਾਡੇ ਅੰਦਰ ਰੋਸ਼ ਉਹਨਾਂ ਹੀ ਸੀ ਉਹਨਾਂ ਦੇ ਲਈ ਖੂਨੀ ਅਤਿਆਚਾਰ ਲਾਠੀ ਚਾਰਜ ਜਿਹੜਾ ਸਾਡੇ ਕਿਸਾਨਾਂ ਤੇ ਕੀਤਾ ਗਿਆ ਲਹੂ ਲੁਹਾਣ ਕੀਤਾ ਗਿਆ ਉਹਨਾਂ ਨੂੰ ਦੇਖਿਆ ਨਹੀਂ ਜਾ ਰਿਹਾ ਸੀ ਦਰਿੰਦਗੀ ਦਾ ਨੰਗਾ ਨਾਚ ਜੋ ਐਸਡੀਐਮ ਦੇ ਆਰਡਰਾਂ ਨਾਲ ਹੋਇਆ ਔਰ ਇਹ ਮੋਦੀ ਸਰਕਾਰ ਦੀਆਂ ਜੜਾਂ ਦਾ ਨਾਸ਼ ਹੋਏਗਾ ਔਰ ਜਿਹੜਾ ਖੱਟਰ ਆ ਜਿਹੜਾ ਇਹਨੂੰ ਵੀ ਸਸਪੈਂਡ ਕਰਨਾ ਚਾਹੀਦਾ ਔਰ ਐਸਡੀਐਮ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਜਿਹਨੇ ਗੰਦਾ ਜਿਹੜਾ ਇਹ ਆਰਡਰ ਦਿੱਤਾ ਮੇਰਾ ਖਿਆਲ ਆ ਵੀ ਇਹਨਾਂ ਦੇ ਵਿੱਚ ਸਦਾਮ ਹੁਸੈਨ ਦੀ ਰੂਹ ਪ੍ਰਵੇਸ਼ ਕਰ ਗਈ ਆ ਚਾਹੇ ਮੋਦੀ ਆ ਚਾਹੇ ਖੱਟਰ ਆ ਪੂਰੀ ਡਿਕਟੇਟਰਸ਼ਿਪ ਕਰਨ ਲੱਗੇ ਨੇ ਲਟਤੰਤਰ ਚਲਾਉਣ ਲੱਗੇ ਨੇ ਬੇਕਰਕ ਲੋਕ ਸਹਿਕਾਰ ਸੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਇਹ ਮਿਲਕੇ ਕਿਸਾਨਾਂ ਨੂੰ ਵੀ ਮਾਰ ਰਹੀ ਆ ਪੂਰੇ ਭਾਰਤ ਨੂੰ ਵੇਚਣ ਦੇ ਤੁਲੇ ਹੋਏ ਨੇ ये दुनिया की वर्स्ट सरकार है जो कि किसी की कुछ नहीं सुनती लेडीज को तो वैसे ही कुछ नहीं समझते पैर की जूती समझते हैं किसानों का ये कसूर है कि वो खेती कर रहे हैं हम लोगों को अनाज दे रहे हैं वो सिर्फ अपने हक के लिए बैठे हैं तो उनको उनका हक क्यों नहीं दिया जाता है आज कहते हैं कि भी तालिबान ने ये किया तालिबान ने वो किया तुम क्या तालिबान से कम हो उस टाइम मेरे कपड़े फटे मेरे डंडे मारे पेट में टांगे मारी मतलब उस प्रोटेस्ट में लेडी पुलिस कम थी जेंट्स ज्यादा थे ਕੱਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਸੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ ਲੁਧਿਆਣਾ ਦੇ ਡੀਸੀ ਆਫਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮੋਦੀ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਉਹਨਾਂ ਜਿਹੜੇ ਕਰਨਾਲ ਦੇ ਵਿੱਚ ਜਿਹੜੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਹੈ ਜ਼ਖਮੀ ਹੋਏ ਨੇ ਕਿਸਾਨ ਉਹਨਾਂ ਦੇ ਵਿਰੋਧ ਦੇ ਵਿੱਚ ਧਰਨਾ ਦਿੱਤਾ ਗਿਆ ਹੈ ਔਰ ਇਹ ਮੰਗ ਪੱਤਰ ਲੈ ਕੇ ਪਹੁੰਚੇ ਹਨ ਆਮ ਆਦਮੀ ਪਾਰਟੀ ਜਿਹੜੀ ਕਿ ਹਰਿਆਣਾ ਜਿਹੜੇ ਐਸਡੀਐਮ ਹੈ ਉਸ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅੱਛਾ ਜਿਹੜਾ ਕਿ ਕਿਸਾਨਾਂ ਦਾ ਇਹ ਸੰਘਰਸ਼ ਚੱਲਦਾ ਪਿਆ ਲਗਾਤਾਰ ਪਿਛਲੇ 9 ਮਹੀਨਿਆਂ ਤੋਂ ਅਤੇ ਕਿਸਾਨਾਂ ਦੇ ਨਾਲ ਜੋ ਮਤਲਬ ਪੁਲਿਸ ਨੇ ਵਿਵਹਾਰ ਕੀਤਾ ਜੋ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਇਹਨਾਂ ਦੇ ਤਸ਼ੱਦਦ ਦਿੱਤੇ ਗਏ ਨੇ ਅਤੇ ਉਸਦੇ ਖਿਲਾਫ ਤੁਸੀਂ ਅੱਜ ਧਰਨਾ ਦੇ ਰਹੇ ਹੋ ਕੀ ਇਹਦੇ ਨਾਲ ਹੱਲ ਹੋ ਜਾਏਗਾ ਸਮੱਸਿਆ ਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਅੱਜ ਹਾਲਾਤ ਮੋਦੀ ਸਰਕਾਰ ਨੇ ਖੱਟਰ ਸਰਕਾਰ ਨੇ ਕੀਤੇ ਨੇ ਭਾਰਤ ਦੇ ਵਿੱਚ ਔਰ ਮੇਰਾ ਖਿਆਲ ਆ ਵੀ ਇਹਨਾਂ ਦੇ ਵਿੱਚ ਸਦਾਮ ਹੁਸੈਨ ਦੀ ਰੂਹ ਪ੍ਰਵੇਸ਼ ਕਰ ਗਈ ਆ ਚਾਹੇ ਮੋਦੀ ਆ ਚਾਹੇ ਖੱਟਰ ਆ ਅਤੇ ਇਹ ਪੂਰੀ ਡਿਕਟੇਟਰਸ਼ਿਪ ਕਰਨ ਲੱਗੇ ਨੇ ਲਟਤੰਤਰ ਚਲਾਉਣ ਲੱਗੇ ਨੇ ਅੱਜ ਮਤਲਬ ਕਿ ਕਿਸਾਨਾਂ ਨੂੰ ਮਾਰ ਰਹੇ ਨੇ ਮਜ਼ਦੂਰਾਂ ਨੂੰ ਮਾਰ ਰਹੇ ਨੇ ਅਤੇ ਔਰਤਾਂ ਦੀ ਬੇਅਦ ਵੀ ਕਰ ਰਹੇ ਨੇ ਔਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਆਓ ਇਕੱਠੇ ਹੋ ਕੇ ਆਪਾਂ ਇਹਨਾਂ ਦਾ ਵਿਰੋਧ ਕਰੀਏ ਕਿਉਂਕਿ ਸ਼ਾਂਤਮਈ ਢੰਗ ਨਾਲ 9 ਮਹੀਨੇ ਤੋਂ ਕਿਸਾਨ ਅੱਜ ਤੱਕ ਮੇਰੇ ਖਿਆਲ ਪੂਰੀ ਵਰਲਡ ਦੇ ਵਿੱਚ ਇੰਨਾ ਸ਼ਾਂਤਮਈ ਢੰਗ ਨਾਲ ਕੋਈ ਮਤਲਬ ਕਿ ਪ੍ਰਦਰਸ਼ਨ ਨਹੀਂ ਚੱਲਿਆ ਜੋ ਅੱਜ ਪੰਜਾਬ ਦੇ ਕਿਸਾਨਾਂ ਨੇ ਪੂਰੇ ਭਾਰਤ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਵਾਸਤੇ ਜਿਹੜਾ ਸੰਘਰਸ਼ ਲੜ ਰਹੇ ਨੇ ਆਪਣੇ ਹੱਕ ਲੈਣ ਵਾਸਤੇ ਬੈਠੇ ਨੇ ਪਰ ਇਹ ਲੋਕ ਮਤਲਬ ਕਿ ਬੇਰਹਿਮ ਲੋਕ ਕਹਿ ਸਕਦੇ ਹਾਂ ਬੇਕਰਕ ਲੋਕ ਸਹਿ ਕਹਿ ਸਕਦੇ ਹਾਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਇਹ ਮਤਲਬ ਕਿ ਕਿਸਾਨਾਂ ਨੂੰ ਵੀ ਮਾਰ ਰਹੀ ਆ ਅਤੇ ਮਜ਼ਦੂਰਾਂ ਨੂੰ ਵੀ ਮਾਰ ਰਹੀ ਆ ਦੁਕਾਨਦਾਰਾਂ ਨੂੰ ਵੀ ਮਾਰ ਰਹੀ ਆ ਅੱਜ ਪੂਰੇ ਭਾਰਤ ਨੂੰ ਵੇਚਣ ਤੇ ਤੁਲੇ ਹੋਏ ਨੇ ਔਰ ਮੋਦੀ ਸਰਕਾਰ ਮਤਲਬ ਕਿ ਐਸੀ ਸਰਕਾਰ ਨੂੰ ਚੱਲਦਾ ਕਰਨਾ ਸਾਡਾ ਫਰਜ਼ ਆ ਆਮ ਆਦਮੀ ਪਾਰਟੀ ਔਰ ਮਜ਼ਦੂਰਾਂ ਦੇ ਕਿਸਾਨਾਂ ਦੇ ਹਰ ਵਰਗ ਦੇ ਹੱਕ ਦੇ ਵਿੱਚ ਖੜੀ ਆ ਅਤੇ ਇਹਨਾਂ ਦੇ ਖਿਲਾਫ ਖੜੀ ਆ ਸਿਰਫ ਇੱਕ ਹੀ ਨਾਰਾ ਹੈ ਕਿ 3 ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਰੱਦ ਕੀਤਾ ਜਾਵੇ ਅਤੇ ਹਰ ਵਾਰ ਜਦੋਂ ਮੀਟਿੰਗ ਹੁੰਦੀ ਹੈ ਤਾਂ ਹੱਲ ਕਿਉਂ ਨਹੀਂ ਨਿਕਲਦਾ
और वो हल करना नहीं चाहते, क्योंकि जो मैं तुम्हें दसना चाहता भी जो मोदी है, मोदी सरकार है, ये भारत को बेचना चाहते हैं और बेच रहे हैं एक एक करके। और जिहड़े इन्हां ने काले कानून बना के वड्डे घराने नूं फायदा पहुँचाउण दा जिहड़ी कोशिश कीती है, तो उस तो बाद अज रेलां नूं वेचण ते रेल महकमे नूं वेचण नूं तैयार बैठे ने, बैंकां वेचण नूं तैयार बैठे ने, और असीं वेचण नहीं देंगे। और आम आदमी पार्टी किसानां दे हर वर्ग के हक च खड़ी आ, और इन्हां दे जिहड़े काले कानून ने इन्हां नूं फिर बल्कि बेनती करदे आ, अपील करदे आ वी अपने काले कानून बल्कि वापस लैके किसानां नूं इंसाफ दिओ, मजदूरां नूं इंसाफ दिओ। देखो जी, इन्हां दा गंदा जिहड़ा सिस्टम आ उहदा तुहाडे सामने मूहों बोलदियां तस्वीरां ने, बोलण दी कोई लोड़ नहीं आ। 9 महीनों तो किसान आ जिहड़ा पीसफुली प्रोटेस्ट कर रहे सी, असीं भी पार्टियां अंदरों गति, क्योंकि सानूं ऑर्डर नहीं सी, सानूं अलाओ नहीं सी किसान जथेबंदियां वल्लों कि असीं स्टेजां ते जाके बोल सकीए, पर साडे अंदर गुस्सा, साडे अंदर रोश उन्ना ही सी उहनां दे लई, उहनां दी सपोर्ट दे विच असीं उसे तरहां दे खड़े सी। साडे भगवंत मान जी असैंबली दे विच आवाज़ उठाउंदे रहे, साडे सीनियर लीडर आवाज़ उठाउंदे रहे आ, पर सानू जदों ये पता चलिया कि पीसफुली प्रोटेस्ट करदे आ उत्ते साडे जिहड़े SDM दे ऑर्डरस दे नाल जिहड़ा खूनी अत्याचार लाठीचार्ज जिहड़ा साडे किसानां ते कीता गया, लहू लुहाण कीता गया, उहनां नूं देखिया नहीं जा रहा सी, दरिंदगी दा नंगा नाच जो SDM दे ऑर्डरां नाल होया, और जो साडे किसान वीर शहीद होया उहनूं साडा सल्यूट है कि साडा जिहड़ा खून आ जिहड़ा इह हुण किसान दीआं जिहड़े फसलां दे जड़ां च पै रिहा, और इह मोदी सरकार दीआं जड़ां दा नाश होएगा, और जिहड़ा खट्टर आ जिहड़ा इहनूं भी सस्पेंड करना चाहीदा, और SDM नूं भी सस्पेंड करना चाहीदा जिन्हें गंदा जिहड़ा इह ऑर्डर दित्ता है। और किसान वीरां दे संघर्ष नाल आम आदमी पार्टी और साडी महिला विंग हमेशा खड़ी आ, ते अज वी असीं DC ऑफिस लुधियाणा दे विच उस मंग पत्र नूं लैके आए हैं कि इन्हों सस्पेंड किया जाए, और जिहड़ा कतल का परचा दर्ज होवे SDM ते, और जो पुलिस उत्थे अधिकारियों ने अत्याचार किए सारे सस्पेंड किया जाए, और साडे किसान वीर नूं श्रद्धांजलि दे तौर ते उहदे परिवार नूं कोई मुआवजा दिता जाए, जिन्हें भी किसान वीर शहीद होए उन्होंने परिवारों कोई मुआवजा देने लई साडी कैप्टन गूंगी बोली सरकार, कैप्टन सरकार भी अगे नहीं आई, आ सिद्धू साहब जिहड़े स्टेजां ते चढ़ के छक्के चौके दीआं गल्लां करदे आ और ठोको ताली दीआं गल्लां करदे हो, और शर्म नाल डुब मरो सिद्धू साहब, तुसीं भी एक बार जिद्दण दे प्रधान बणे हो, तुहाडी गेम सिर्फ प्रधानगी तक ਸੀ, ਤੁਸੀਂ ਜਾ ਕੇ ਕਿਸੇ ਕਿਸਾਨ ਵੀਰ ਦੇ ਘਰੇ ਜਾ ਕੇ ਵੜਿਓ, ਤੁਸੀਂ ਕਿਸੇ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਆ, ਕਿਸੇ ਨੂੰ ਕੋਈ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ, ਸਿਰਫ ਤੁਸੀਂ ਸਟੇਜਾਂ ਤੇ ਮਜੀਠੀਆ ਤੇ ਬਾਦਲ ਨੂੰ ਭੰਨਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦੀ ਹਾਂ, ਸਿੱਧੂ ਸਾਹਿਬ ਜੇ ਸ਼ਰਮ ਹੋਵੇ ਤਾਂ ਇੰਟਰਵਿਊ ਸੁਣ ਕੇ ਉਹਨਾਂ ਕਿਸਾਨ ਵੀਰਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਸ਼ਹੀਦ ਪਰਿਵਾਰਾਂ ਦੇ ਘਰੇ ਜਾਇਓ, ਔਰ ਉਹਨਾਂ ਨੂੰ ਮੁਆਵਜ਼ਾ ਬਣਦਾ ਦਿਵਾਇਓ, ਔਰ ਉਹਨਾਂ ਦੇ ਹੱਕ ਲਈ ਆਵਾਜ਼ ਉਠਾਓ। ਇੱਕ ਦਿਨ ਵੀ ਕਿਸਾਨਾਂ ਦੀ ਸਟੇਜ ਤੇ ਸਿੱਧੂ ਸਾਹਿਬ ਨਹੀਂ ਜਾ ਕੇ ਬੋਲੇ, ਸਾਨੂੰ ਸ਼ਰਮ ਇਸ ਕਰਕੇ ਆਉਂਦੀ ਹੈ ਕਿ ਸਾਡੇ ਲੀਡਰ ਸਿਰਫ ਇੱਥੇ ਪੋਲੀਟੀਕਲ ਰੋਟੀਆਂ ਸੇਕ ਰਹੇ ਆ, ਸਾਡੇ ਕਿਸਾਨ ਵੀਰਾਂ ਦਾ ਦੁੱਖ ਦਰਦ ਕਿਸੇ ਨੂੰ ਨਹੀਂ ਆ। ਇਸੇ ਕਰਕੇ ਸਾਡੀ ਮਹਿਲਾ ਮੰਡਲ ਆ ਜਿਹੜੀ ਚੰਡੀਗੜ੍ਹ 'ਚ ਜਾ ਕੇ ਪ੍ਰੋਟੈਸਟ ਕਰ ਰਹੀ ਸੀ, ਔਰ ਸਾਡੇ ਅੱਗੇ ਸਾਨੂੰ ਜਿਹੜਾ ਧੋਖਾ ਦਿੱਤਾ ਗਿਆ, ਕੁਝ ਲੇਡੀਜ਼ ਪੁਲਿਸ ਨੂੰ ਖੜਾ ਕੇ ਪਿੱਛੇ ਜੈਂਟਸ ਪੁਲਿਸ ਨਾਲ ਖੜਾ ਕੇ ਸਾਡੇ ਤੋਂ ਜੋ ਲਾਠੀ ਚਾਰਜ ਹੋਇਆ ਉਹਦਾ ਇਹ ਤੁਹਾਡੇ ਸਾਹਮਣੇ ਨਤੀਜਾ ਕਿ ਅਨਮੋਲ ਗਗਨਮਾਨ, ਰਾਜਵਿੰਦਰ ਥਿਆੜਾ ਔਰ ਸਾਡੀਆਂ ਕਈ ਸੀਨੀਅਰ ਬੀਬੀ, ਔਰ ਜਿਸ ਤਰ੍ਹਾਂ ਕਿ ਮੈਂ ਉਹਨਾਂ ਨੂੰ ਕੱਢ ਕੇ ਵੀ ਲੈ ਕੇ ਆਈ ਹਾਂ, ਮੇਰੇ ਆਪ ਦੇ ਵੀ ਸੱਟਾਂ ਲੱਗੀਆਂ, ਮੇਰੇ ਸੋਟਿਆਂ ਤੱਕ ਗੰਦੀਆਂ ਗਾਲਾਂ ਤੱਕ ਸਾਨੂੰ ਕੱਢੀਆਂ ਗਈਆਂ ਨੇ, ਔਰ ਅਸੀਂ ਔਰਤਾਂ ਹੋ ਕੇ ਵੀ ਉਹਨਾਂ ਦਾ ਮੁਕਾਬਲਾ ਕੀਤਾ, ਤੇ ਇਸੇ ਤਰ੍ਹਾਂ ਸਾਡਾ ਮੁਕਾਬਲਾ ਜਾਰੀ ਰਹਿਣਾ, ਔਰ ਅਸੀਂ ਕਿਸਾਨਾਂ ਦੇ ਉਦੋਂ ਤੱਕ ਹੱਕ 'ਚ ਖੜੇ ਰਹਿਣਾ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਮੈਂ ਸਰਿਤਾ ਕਪੂਰ ਹਾਂ, ਲੁਧਿਆਣਾ ਸੇ, ਮੈਂ ਉਧਰ ਕਰਨਾਲ ਮੈਂ ਮੇਰੀ ਸਿਸਟਰ ਰਹਤੀ ਹੈ, ਤੋ ਹਮ ਲੋਗ ਉਧਰ ਗਏ ਥੇ ਕਿਸਾਨੋਂ ਕੇ ਫੇਵਰ ਮੇਂ, ਬਟ ਉਧਰ ਉਹਨੇ ਹਮਾਰੀ ਇੱਕ ਨਹੀਂ ਸੁਣੀ। ਖੱਟਰ ਸਰਕਾਰ ਜੋ ਹੈ, ਖੱਟਰ ਸਰਕਾਰ ਬੋਲ ਦੋ, BJP ਸਰਕਾਰ ਹੈ, ਇਹ ਦੁਨੀਆ ਕੀ ਵਰਸਟ ਸਰਕਾਰ ਹੈ, ਜੋ ਕਿ ਕਿਸੀ ਕੀ ਕੁਛ ਨਹੀਂ ਸੁਣਤੀ, ਲੇਡੀਜ਼ ਕੋ ਤੋ ਵੈਸੇ ਕੁਛ ਨਹੀਂ ਸਮਝਦੇ, ਪੈਰ ਕੀ ਜੁੱਤੀ ਸਮਝਦੇ ਹੈ। ਲੇਕਿਨ ਮੈਂ ਇਹ ਕਹੂੰਗੀ ਕਿ ਇਸ ਪ੍ਰੋਟੈਸਟ ਮੇਂ ਕਿਸਾਨੋਂ ਕਾ ਕਿਆ ਕਸੂਰ ਹੈ, ਲੇਡੀਜ਼ ਕਾ ਕਿਆ ਕਸੂਰ ਹੈ, ਕਿਸਾਨੋਂ ਕਾ ਇਹ ਕਸੂਰ ਹੈ ਕਿ ਉਹ ਖੇਤੀ ਕਰ ਰਹੇ ਹੈ, ਹਮ ਲੋਗੋਂ ਕੋ ਅਨਾਜ ਦੇ ਰਹੇ ਹੈ, ਲੇਕਿਨ ਇਹ ਅਗਰ ਹਮ ਲੋਗ ਅਨਾਜ ਹਮਕੋ ਨਹੀਂ ਮਿਲੇਗਾ ਤੋ ਹਮ ਲੋਗ ਕਹਾਂ ਜਾਏਂਗੇ। जब खाना लेना होता है तो हम लोग किसानों के पास जाते हैं, अगर खाना उगना बंद हो जाए तो हम लोग कहाँ जाएंगे? वो सिर्फ अपने हक के लिए बैठे हैं, तो उनको उनका हक क्यों नहीं दिया जाता है? आज कहते हैं कि भी तालिबान ने ये किया, तालिबान ने वो किया, तुम क्या तालिबान से कम हो? तुम क्या अंग्रेज़ों से कम हो जिन्होंने इंडियंस के ऊपर जुल्म किए थे? अब चंडीगढ़ में हम लोग गए थे संडे को प्रोटेस्ट के लिए, उस टाइम पे मैं भी उस प्रोटेस्ट में थी संडे को, तो उस टाइम मेरे कपड़े फटे, मेरे डंडे मारे, मेरे अब मैं दिखा नहीं सकती, पीठ पे नील पड़े हुए हैं, पैर का दिखा सकती हूँ मैं, पैर पे भी देखिए, ये देखो नील पड़ा है, इन्होंने डंडे खड़े करके, ये देखिए नील, मैं कुछ कोई मैं इतना बुरी तरह से इन्होंने हमें डील किया, मेरे पेट में टांगे मारी, टांगे मार के इन्होंने मेरे को ऐसे मतलब बाल जितने खाते थे मेरे कटे हुए हैं ऐसे आते थे वो पकड़ के खींचा, मतलब उस प्रोटेस्ट में लेडी पुलिस कम थी, जेंट्स ज़्यादा थे, लेडीज़ तो नाम के लिए उन्होंने आगे की हुई थी, जेंट्स को आगे करके लेडीज़ के पीछे लगा के पूरा प्रोटेस्ट इनका मतलब हमारे अगेंस्ट जो था इसका था चंडीगढ़ पुलिस का था, लेकिन शेम ऑन चंडीगढ़ पुलिस, शेम ऑन मोदी सरकार और खट्टर सरकार, चंडीगढ़ पुलिस। मैं कहती हूँ कि ऐसी पुलिस अगर हो
तो इससे अच्छा हम बिना पुलिस के ठीक है। बिल्कुल होएगा जी, जी लोगों की आवाज़ होंगी है, जिस तरह ये लोगों का एक रोह हों प्रचंड हों, तो असी होर हम शांतमई ढंग प्रदर्शन ही कर सकते हैं, कोई होर साढ़े को नहीं कोई सज़ा लाने, असं चाहते हैं भी इन्हों का बोरी बिस्तरा गोल हो सफाया हो। जी मोदी सरकार आ खट्टर सरकार आ, जब तक यदा सफाया नहीं होंगे, साडा दो मकसद है, एक जे काले कानून ने तिने ये रद्द कराने हैं, दूजा जिहड़े इन्होंने जो लाठीचार्ज जुर्म किया, जो भी तशद्दुद किया, जो साढ़े अंदोलनकारी शहीद होए ने, तो उन्हों का जोड़ा बनता परिवारों का घाटा तो पूरा हो नहीं सकता, पर उन्होंने बनती जी राशि है ज नौकरी जोड़े दोषी ने उन्होंने सजावं दवाया, ये साड़ी आवाज़ प्रचंड है। तुम देख लो वैसट बंगाल की होया, तो उ जोड़ा नमूना हूँ थोड़ू ये उत्तराखंड के हिमाचल हिमाचल अपना यूपी के देखने मिलेगा, तो इन का जोड़ा है अंत आ गया। ये ना बीजेपी की सरकार रही, ये सिर्फ कारपोरेट की सरकार रह गई, पूरा देश नाम करता दे बंतों ने, जब तो ऑर्डिनेंस आए ने, असी किसानों के नाल मजदूरों के नाल जो बनते हकी मंगा ने, जब तक इन असी लैके नहीं आम तक रद्द नहीं कराते, असी लड़ते रहेंगे। करनाल दे विच जो कि किसानों जो कि संघर्ष चल रहा है, उसके उपर पुलिस प्रशासन के वलों जो तशद्द दिता गया, जो लाठीचार्ज किया गया, किन्ने ही किसान जख्मी हो गए तो कई शहीद भी हो गए, तो इस दे ही विरोध दे विच आम आदमी पार्टी के वलों अज लुधियाणा के डीसी ऑफिस दे विच धरना दिता गया है। जी हाँ, उन्होंने विरोध दे विच इत्थे मोदी सरकार प्रधानमंत्री मोदी दे और हरियाणा के जो सीएम ने मनोहर लाल खट्टर उन्होंने पुतले फूके गए ने, यह विरोध किया गया है, तुसी देख सकते हो तस्वीरां दे विच। और उन्होंने यही कहना है कि जो भी पुलिस के वलों जो कि यह गलत काम किया गया है, जो लाठीचार्ज किया गया है, किसान जो जख्मी होए हैं, शहीद होए हैं, सरकार नू जरूर उसके उपर कार्रवाई करनी चाहिए, अगर सरकार कोई भी कार्रवाई नहीं करेगी। इसे नू ही लैके यह जिहड़े कि आम आदमी पार्टी के मैंबर ने डीसी ऑफिस मांग पत्र लैके आए हैं कि कुछ ना कुछ कार्रवाई जरूर की जाए, अगर पुलिस के वलों प्रशासन वलों सरकार वलों कोई अगर कार्रवाई नहीं की जाती इस उपर, तो इन संघर्ष इस तो भी ज़्यादा होर भयानक रूप ले सकता है। कैमरामैन दीपक कुमार परमजीत कौर, तुसी देखते रहो द सिटी हेडलाइंस।